ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ ਅੱਜ ਦੀ ਵੀਡੀਓ ਵਿੱਚ ਆਪਾਂ 3 ਗਾਵਾਂ ਸੇਲ ਲਈ ਲੈ ਕੇ ਆਏ ਜੀ। 3 ਬਾਈ ਤਾਜ਼ੀਆਂ ਸੂਈਆਂ ਵੀਆਂ, ਆਓ ਪੁੱਛ ਲੈਂਦੇ ਬਾਈ ਤੁਹਾਡੇ। ਆ ਜੀ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੋ? ਵਧੀਆ ਜੀ। ਹਾਂਜੀ ਬਹੁਤ ਵਧੀਆ ਜੀ। ਨਾਮ ਤੇ ਐਡਰੈਸ ਬੋਲ। ਨਾਮ ਨਿਰਮਲ ਸਿੰਘ ਜੀ, ਪਿੰਡ ਭਾਈ ਰੂਪਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਜੀ। ਨੇੜੇ ਪਿੰਡ ਬਾਈ? ਜਿਹੜੇ ਤਾਂ ਸਰਾਤਪੁਰਾ ਜਾਂਦਾ ਜੀ, ਰਾਮਪੁਰਾ ਫੂਲ, ਇੱਧਰ ਭਗਤਾ ਭਾਈ ਗਈ ਵਿਚਾਲੇ ਜਾ ਜਾਂਦਾ ਜੀ ਆਪਣਾ ਪਿੰਡ। ਠੀਕ ਹੈ ਬਾਈ। ਹਾਂਜੀ। ਮੋਬਾਈਲ ਨੰਬਰ ਬੋਲ। ਮੋਬਾਈਲ ਨੰਬਰ ਹੈ 94638442852। ਦੂਜਾ ਹੈਗਾ ਜੀ 70782605 ਜੀ। ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ, ਸਕਰੀਨ ਤੇ ਚੱਲ ਰਿਹਾ ਬਾਈ, ਨੋਟ ਕਰ ਲਓ ਬਾਈ। ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ, ਕਿਹੜਾ ਸੂਆ ਸੂਈ ਹੈ ਬਾਈ ਜੀ? ਦੂਜਾ ਸੂਆ ਸੂਈ ਆ। ਕਦੋਂ ਸੂਈ ਹੈ ਬਾਈ? ਇਹ ਕੱਲ ਐਸਕ ਟਾਈਮ ਸੂਈ ਸੀਗੀ ਜੀ। ਕੱਲ ਆ ਗਈ ਟਾਈਮ ਸੂਈ? ਹਾਂ। ਠੀਕ ਹੈ। ਬੱਚੇ ਕੀ ਨੌ ਦਿੱਤਾ? ਵਜੇ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ। ਬੱਚਾ ਦੇਤਾ? ਹਾਂਜੀ। ਠੀਕ ਹੈ, ਕੁਆਲਿਟੀ ਚੰਗੀ ਹੈ ਨਾ? ਹਾਂਜੀ ਹਾਂਜੀ। ਕਿੰਨਾ ਬੋਲਾ ਗੱਡਿਆ ਫਿਰ ਇਹਦਾ ਬਾਈ ਜੀ? ਇਹਦੇ ਕੋਲੇ ਮੰਨ ਕੇ ਚੱਲੋ ਜੀ, ਬੋਲਾ ਹੈਗਾ ਹੁਣ ਇਹਦੇ ਕੋਲੇ 17 ਲੀਟਰ। ਠੀਕ ਆ। ਹਾਂਜੀ। 17 ਲੀਟਰ ਤੇ ਜਾਨੀ ਇਹਦਾ ਪਹਿਲੇ ਸੂਏ ਦਾ 20 ਲੀਟਰ ਕੱਢਿਆ, ਦੂਜਾ ਸੂਆ ਸੂਈ ਆ। ਠੀਕ ਆ। ਤੇ ਇੱਥੇ ਜਾਨੀ ਮੇਰੇ ਸਾਹਮਣੇ 22-23 ਲੀਟਰ ਮੀਂਹ ਦਾ ਕੱਢ ਦੂਗੀ। ਜਾਨੀ 20 ਤੋਂ 12 ਖੋਲਦੇ ਬਾਈ ਤੋਰ ਕੇ ਚੋਣ ਚਾਣ ਚ ਪੂਰੀ ਠੰਡੀ ਸੀਲ ਆ। ਠੀਕ ਆ ਬਾਈ। ਕੱਦ ਵੱਧ ਚੰਗਾ ਬਾਈ, ਆਰਡਰ ਕਮਾਲ ਦਾ, ਬਹੁਤ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ। ਸੂਈ ਸਵਾਈ ਆ, ਬੱਚਾ ਕਰਮ ਵਾਲੀ ਨੇ ਬੱਚਾ ਦੇਤਾ। ਤੇ ਜੇਰ ਪੈ ਗਈ ਸੀ? ਜੇਰ ਦੀ ਪੈ ਗਈ, ਜੇਰ ਦੀ ਫੁੱਲ ਗਰੰਟੀ ਹੋਊ ਆਪਣੀ। ਬਹੁਤ ਠੀਕ ਆ। ਅਗਲੇ ਦੇ ਘਰ ਦੀ ਵੀ ਗਰੰਟੀ ਦੇਵਾਂਗੇ ਜੀ। ਉਹ ਜੇਰ ਹੁਣ ਕੱਲ ਦੀ ਪਈ ਰਹਿੰਦੀ ਨਹੀਂ ਨਾ, ਟਾਈਮ ਨਹੀਂ ਤਾਂ ਪਰ। ਸਹੀ ਗੱਲ ਆ, ਸਹੀ ਗੱਲ ਆ ਬਾਈ। ਹਾਂਜੀ। ਤੋਰਾ ਇੱਕ ਨੰਬਰ ਆ ਬਾਈ, ਚੋਣ ਚਾਣ ਲੇਵਾ ਲੂਗਾ ਹੁੰਦਾ ਜੀ। ਠੀਕ ਆ ਬਾਈ। ਚੋਣ ਚਾਣ ਇੱਕ ਨੰਬਰ ਪੂਰਾ। ਠੀਕ ਆ। ਤੇ ਕੀ ਮੁੱਲ ਆ ਬਾਈ ਜਾਇਜ਼ ਦਾ? ਬਾਈ ਦੇਖੋ ਮੁੱਲ ਆਪਾਂ ਅੱਗੇ ਵੀ ਪਤਾ ਹੀ ਤੁਹਾਨੂੰ, ਵਾਧੇ ਘਾਟੇ ਵਾਲਾ ਨਾ ਕਰਦੇ ਆ ਨਾ ਕਰਨਾ। ਮੁੱਲ ਹੋ ਜਾ ਮੈਂ ਜਾਇਜ਼, ਵਾਧਾ ਘਾਟਾ ਕੋਈ ਨਹੀਂ ਹੋਣਾ। ਠੀਕ ਆ। ਮੁੱਲ ਕਰਾਉਣ ਤਾਂ ਭਾਵੇਂ 75 ਕਰਾ ਲਓ, 80 ਕਰਾ ਲਓ, ਹਨਾ ਕੋਈ ਫਾਇਦਾ ਨਹੀਂ ਗੱਲ ਦਾ। ਸਹੀ ਗੱਲ ਆ ਬਾਈ। ਨਹੀਂ 65,000 ਦੀ ਬੈਠ ਦੇਵਾਂਗੇ ਜੀ ਆਪਾਂ। ਜੱਟ ਬਾਈ। ਹਾਂਜੀ। ਜਮਾਂ ਜਾਇਜ਼ ਮੁੱਲ ਆ, 65,000 ਦੀ ਬਾਈ ਕਹਿੰਦਾ ਬੈਠ ਦੇ ਦੇਵਾਂਗੇ। ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਬਾਈ, ਤੇ ਮੁੱਲ ਬਾਈ ਉਹਨੇ ਝੋਲੀ ਝਾਲੀ ਆ ਨੇੜੇ ਰੱਖਾ ਦੋ ਜੀ। ਬਾਹਲਾ ਠੰਡੀ ਸੀਲ ਕਰਾਉਣਾ, 70-75 ਕਰਾ ਲਓ ਕੋਈ ਚੱਕਰ ਨਹੀਂ। ਠੰਡੀ ਸੀਲ ਫੁੱਲ ਲੇਵਾ ਦੇਖੋ, ਪੂਰੀ ਸੀਲ ਠੰਡੀ, ਪੈਰ ਤਾਂ ਹਿਲਾਉਣਾ ਹੀ ਨਹੀਂ ਵਿਚਾਰੀ ਨੇ ਕੋਈ। ਕੁਆਲਿਟੀ ਦੇਖੋ ਕਮਾਲ ਦੀ ਆ, ਬਹੁਤ ਇਧਰੋਂ ਦਿਖਾ ਦੇ ਜੀ। ਤੇ ਨਾੜਾਂ ਨੂੜਾਂ ਦੇਖੋ ਬਾਈ, ਫੁੱਲ ਚੰਗੀਆਂ ਕਿੱਥੋਂ ਤਾਂ ਹੀ ਪਿਆ ਜੀ ਮੂਹਰੇ। ਕੀ ਬਾਤ ਆ, ਨਾੜਾਂ ਦੇਖ ਬਾਈ ਲੇਵੇ ਤੇ, ਹਨਾ ਪੂਰੇ ਦੁੱਧ ਵਾਲੀ ਜੀ ਬੈੜ ਪੂਰੀ ਨੇ, ਪੂਰੀ ਦੁੱਧ ਵਾਲੀ ਬੈੜ ਆ। ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਚਿਹਰੇ ਥਣ ਨਿਕਲ। ਦੂਜਾ ਸੂਆ ਹੋ, ਦੂਜਾ ਸੂਆ ਜੇਰ ਜੱਪੇ ਦੀ ਫੁੱਲ ਗਰੰਟੀ ਹੋ, ਜੇਰ ਦੀ ਭਾਰ ਦੀ ਅਗਲੇ ਦੇ ਘਰ ਦੀ ਹੋ। ਠੀਕ ਆ। ਦੁੱਧ ਬਾਅਦ ਬਾਈ ਜੀ ਅਗਲੇ ਦੀ ਪੂਰੀ ਸੇਵਾ ਸੰਭਾਲਦਾ, ਅਗਲੇ ਨੂੰ ਪਤਾ ਵੀ ਕਿੰਨਾ ਲੈ ਸਕਦਾ। ਸਹੀ ਆ। ਜਾਨੀ ਬੈਠ ਦੇ 22-23 ਕਿਲੋ ਦੁੱਧ ਦੇਣਾ ਚੰਗੇ ਬੰਦੇ ਕੋਲ ਜਾ ਵੜੀ, 20 ਤੋਂ ਬਾਅਦ ਤਾਂ ਮੰਨ ਕੇ ਚੱਲੋ ਜਾਊਗੀ। ਸਹੀ ਗੱਲ ਆ ਬਾਈ। ਇਹ ਹੁਣ ਮੈਂ ਦੁੱਧ ਬਾਅਦ ਬੰਦੇ ਬਾਕੀ ਧਾਰਾਂ ਬਾਈ ਮਾਰ ਕੇ ਦਿਖਾ ਦੇ। ਹਾਂਜੀ ਧਾਰਾਂ ਮਾਰ ਕੇ ਦਿਖਾ ਮਾਰ ਦੋ ਬਾਈ ਧਾਰਾਂ। ਲੈ ਬਾਈ ਠੰਡੀ ਫੁੱਲ ਆ, ਜਿਵੇਂ ਮਰਜ਼ੀ ਬੈਠਾ ਰਹੀ, ਕੋਈ ਚੱਕਰ ਨਹੀਂ। ਮਤਲਬ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ, ਹੱਥੀ ਚੋਲੇ ਮਸ਼ੀਨ ਤੇ ਚੋਲੇ, ਜਿਵੇਂ ਅਗਲੇ ਦਾ ਖਿਆਲ ਆ, ਜਿਹੋ ਜਿਹਾ ਬੰਦਾ ਕੋਈ ਲਿਜਾਊ ਜਿਵੇਂ ਉਵੇਂ ਚੋ ਸਕਦਾ ਬੰਦਾ। ਸਹੀ ਆ ਬਾਈ, ਕੋਈ ਦਿੱਕਤ ਨਹੀਂ। ਉੱਥੇ ਚੋਣ ਜਾਣਾ ਹੈ ਪੂਰਾ ਮੋਟਾ, ਇਹ ਜਿਹੜੀ ਗੱਲ ਨਹੀਂ। ਸਹੀ ਗੱਲ, ਚੋਣ ਚੋਣ ਬੜਾ ਸੋਹਣਾ ਜੀ। ਲੈ ਬਾਈ ਤੇ ਬਾਕੀ ਧਾਰਾਂ ਦਿਖਾਉਂਦੇ ਆ ਬਾਈ, ਬੜਾ ਸੋਹਣਾ ਚੋਣ ਲੈ ਦੇਖੋ। ਲੈ ਫੜੀ ਬੱਚਾ ਇਧਰ, ਚਲੋ ਤੇ ਇਧਰ ਲੇਵਾ ਦੇਖੋ, ਲੈ ਗੱਠ ਲੇਵਾ ਮੂਹਰ ਨੂੰ ਪਿਆ, ਹਨਾ ਕਣ ਸੁਣ ਦੇਖੋ ਇੱਕ ਤਾਂ ਚੰਗਾ ਲੱਗਿਆ ਮੁੱਠੀ ਵਾਲਾ ਤਣ ਪਸਮਾ ਕਰਕੇ ਤਾਂ ਚਵਾਈ ਦੇਖ ਲਈ, ਚਵਾਈ ਦੇਖੋ ਇੱਕ ਨੰਬਰ ਆ, ਮੋਟੀ ਮੋਟੀ ਧਾਰ ਆ, ਜਿਵੇਂ ਮਰਜ਼ੀ ਧਾਰਾਂ ਮਾਰੀ ਚੱਲ, ਜਿਵੇਂ ਮਰਜ਼ੀ ਚਲੀ ਜਾਓ ਜੀ, ਕਹਿਣਾ ਕਰਮ ਵਾਲੀ ਨੇ ਕੁਛ ਨਹੀਂ। ਕਿਆ ਬਾਤ ਆ, ਚਵਾਈ ਬਹੁਤ ਚੰਗੀ ਆ ਨਾ, ਬੜਾ ਸੋਹਣਾ ਚੰਗਾ ਮੋਟੀ ਮੋਟੀ ਦਵਾਈ ਵਾਲਾ, ਕਿਆ ਬਾਤ ਆ। ਨਿਬੜਦੀ ਆ ਚਵਾਈ, ਜੀ ਲੱਗਦਾ ਹਨਾ। ਬਾਕੀ ਠੰਡੀ ਦਾ ਤਾਂ ਮਤਲਬ ਜਿੱਥੇ ਖੜ ਗਿਆ ਪੈਰ, ਇਹ ਗੱਲ ਨੀ ਵੀ
ਚੱਕ ਲਿਆ ਧਰ ਲਿਆ ਕਰ ਲੂ ਗੱਲ ਬਾਤ ਠੀਕ ਆ ਮਤਲਬ ਹੀ ਨੀ ਥਾਣ ਦਿਖਾਉਂਦੇ ਪੂਰੀ ਸੰਧੀ ਪਈ ਆ ਕਮਾਲ ਦਾ ਥਾਣ ਮੁੱਠੀ ਵਾਲਾ ਥਾਣ ਜਿਵੇਂ ਬਾਈ ਦੀ ਗੱਲ ਸਹੀ ਹੱਥੀ ਚੋਲਾ ਮਸ਼ੀਨ ਨਾਲ ਚੋਲਾ ਤਾਂ ਵੀ ਕੋਈ ਚੱਕਰ ਨੀ ਨਾ ਨਾ ਦੇਖੋ ਬਾਈ ਮੁੱਲ ਵੀ ਜਮਾ ਜਾਇਜ਼ ਆ ਬਾਈ 65,000 ਰੁਪਇਆ ਮੁੱਲ ਆ ਮਾਨ ਥਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਇੰਨੇ ਦੁੱਧ ਵਾਲੀ ਬੈਠ ਦਾ ਆਪਾਂ ਕੋਈ ਕਰਦੇ ਨੀ ਜੀ ਸਹੀ ਗੱਲ ਜਿਹੜਾ ਆਪਾਂ ਕਰੀ ਜਾਂਦੇ ਅੱਗੇ ਭਰਾ ਦੁੱਧ ਕਿਹੜਾ ਸੂਆ ਸੂਈ ਆ ਬਾਈ ਜੀ ਦੂਜਾ ਸੂਈ ਇਹ ਸੂਈ ਆ ਇਹ ਕਦੋਂ ਸੂਈ ਆ ਜੀ ਇਹ ਅੱਜ ਮੰਨ ਕੇ ਸਵੇਰੇ ਸੂਈ ਸੀਗੀ 4 ਵਜੇ ਚਾਰ ਵਜੇ ਤੇ ਜੇਰ ਪਏਗੀ ਜਿਹਦੀ 1.5 ਘੰਟੇ ਜੇਰ ਬਾਈ ਆ ਰੱਖੀ ਬਾਈ ਜੇਰ ਪਈ ਆ ਕੰਪਲੀਟ ਆ ਬਾਈ ਹਾਂ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਤੇ ਕਿੰਨਾ ਬੋਲਾ ਕੱਢੇ ਫਿਰ ਇਹਦਾ ਬੋਲਾ ਇਹਦਾ ਮੰਨ ਕੇ ਲਓ ਵੀ 4 ਕਿਲੀਟਰ ਕੱਢੇ ਬਾਈ ਜੀ ਠੀਕ ਆ ਬੱਚੇ ਨੂੰ ਪਿਆ ਤਕੜੀ ਆ ਹਾਂਜੀ ਹਾਂਜੀ ਬੋਲਾ ਸਫਾਈ ਸਫਾਈ ਬਾਰੀ ਬਾਰ ਦੇ ਫਿਰ ਵੀ ਲੇਵਾ ਦੇਖੋ ਢਿੱਲਾ ਨਾ ਹਾਂਜੀ ਸ਼ਾਮ ਤੱਕ ਕੱਢ ਰਿਹਾ ਜਿਹੜਾ ਕਮਾਲ ਦਾ ਤਿਆਰ ਕਰਨਾ 6000 ਤੇ ਜਰਸੀ ਦਾ ਮਿਕਸ ਜਾ ਗਿਆ ਜੀ ਇਹ ਸਾਈ ਬਾਲ ਦੇ ਜਰਸੀ ਦਾ ਮਿਕਸ ਆ ਗਿਆ ਹੁੰਦਾ ਜੀ ਤੇ ਮਤਲਬ ਕਈ ਭਰਾ ਮੰਗਦੇ ਸੀ ਵਾਵਾ ਸਹੀ ਗੱਲ ਤੇ ਤਾਂ ਹੀ ਲੈ ਕੇ ਆਂਦੇ ਵਿਚਾਰੀ ਝੋਨੇ ਤਾਂ ਬਹੁਤ ਘੱਟ ਆ ਚੀਜ਼ ਸਹੀ ਗੱਲ ਆ ਤੇ ਮਤਲਬ ਠੰਡੀ ਠੁੰਡੀ ਉਹ ਕੰਮ ਨਹੀਂ ਕਰਦਾ ਠੰਡੀ ਠੁੰਡੀ ਬਹੁਤ ਜ਼ਿਆਦਾ ਹੀ ਲੈ ਬਾਈ ਜਿਵੇਂ ਮਾਰਦੇ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕਿੰਨੀ ਗੈਵ ਤੇ ਥਣ ਲੱਗੀ ਦੋਗਲੇ ਪੰਚ ਮੱਝ ਵਰਗਾ ਦੁੱਧ ਦੇ ਦੂ ਫੁੱਲ ਫੈਂਟ ਉਹ ਜਮਾ ਚਿੱਟਾ ਦੁੱਧ ਹੋ ਚਾਹੇ ਘਰੇ ਪੀ ਲਓ ਬਈ ਚਾਹੇ ਗਲੀ ਚ ਪਾ ਲਓ ਸ਼ਾਹੀ ਵਾਲ ਦਾ ਤੇ ਜਰਸੀ ਦਾ ਮਿਕਸ ਜਾ ਗਿਆ ਜੀ ਇਹ ਤੇ ਠੰਡੀ ਠੁੰਡੀ ਪਿਓਰ ਦੂਜਾ ਸੂਆਗਾ ਠੀਕ ਆ ਕਿਸੇ ਗੱਲੋਂ ਕੋਈ ਚੱਕਰ ਨਹੀਂ ਜੀ ਠੀਕ ਆ ਥਣ ਦੇਖੋ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਗੁਲਾਬੀ ਥਣ ਚਿੜੀ ਦੇ ਪਾਵੇ ਵਰਗੇ ਥਣ ਲੱਗੇ ਜੀ ਚਾਰੇ ਕੋਈ ਕੀ ਬਾਤ ਯਾ ਜਿਵੇਂ ਮਣ ਕੇ ਲਾਏ ਹੁੰਦੇ ਨਾ ਪੂਰੀ ਵਿੱਤੀ ਦੇ ਕੁਆਲਿਟੀ ਚੈੱਕ ਕਰ ਲਓ ਬੈਡ ਦੀ ਫੁੱਲ ਆ ਬਈ ਕਿਉਂ ਫੈਂਟ ਫੁੱਲ ਹੋਣੀ ਆ ਗਰਮੀ ਨਹੀਂ ਮੰਨਣੀ ਤੇ ਦੁੱਧ ਵੀ ਚੰਗਾ ਦੇ ਦੂ ਕਿਉਂ ਰੋਗਲੇ ਪੰਜ ਆ ਬਈ ਲੇਵੇ ਦੀ ਫਿਟਿੰਗ ਕਮਾਲ ਦੀ ਆ ਥਣ ਬਹੁਤ ਚੰਗਾ ਚਵਾਈ ਬਹੁਤ ਚੰਗੀ ਨਿਕਲੂਗੀ ਕਿਵੇਂ ਆ ਬਈ ਚਵਾਈ ਇਹਦੀ ਹਾਂਜੀ ਚਵਾਈ ਕਿਵੇਂ ਆ ਬਾਲੀ ਚੰਗੀ ਚਵਾਈ ਤਾਂ ਬਾਲੀ ਚੰਗੀ ਚਵਾਈ ਆ ਲੈਣ ਦੇਣੀ ਆ ਤੇ ਵਿੱਚੋਂ ਮਾਨ ਤਾਂ ਜਿਹੜਾ ਫੁੱਲ ਹੋ ਜਾਊਗਾ ਠੰਡੀ ਸੀਲ ਫੁੱਲ ਜਿਵੇਂ ਮਰਜ਼ੀ ਹੱਥ ਲਾਈ ਚੱਲ ਢਿੱਲਾਂ ਦਿਖਾਉਂਦੀ ਆ ਸ਼ਾਮ ਤੱਕ ਆਰਡਰ ਹੋ ਰਹੀ ਵਧੀਆ ਤਿਆਰ ਕਰ ਲਓ ਕੱਲਾ ਕੱਲਾ ਥਾਣ ਦਾ ਸਾਈਜ਼ ਬਹੁਤ ਚੰਗਾ ਮੈਂ ਖਾਈ ਚਾਰ ਇੱਕੋ ਜਿਹੇ ਦੂਰੀ ਦੂਰੀ ਤੇ ਲੱਗਿਆ ਬਾਕੀ ਤਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਹਾਂਜੀ ਲੈ ਬਈ ਉਹ ਖੜ ਜਾ ਸਾਰੇ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਗਾ ਬਰੀਡ ਬਈ ਫੁੱਲ ਚੰਗੀ ਆ ਫੁੱਲ ਕਾਮਯਾਬ ਰਹਿਣਾ ਬਰੀਡ ਲੱਕ ਕਰੀ ਬੱਚਾ ਇਧਰ ਬੱਚਾ ਬੰਦੇ ਬਰੀ ਤੇ ਬਾਕੀ ਥਾਣ ਦੇਖੋ ਲੱਗਿਆ ਬਈ ਕਮਾਲ ਮੈਂ ਕਹਿੰਦਾ ਬਈ ਨੇੜੇ ਨੂੰ ਫੜੀ ਕਿੰਨੀ ਦੂਰੀ ਤੇ ਸਾਂ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਜਿਵੇਂ ਮਿਣ ਕੇ ਲਾਇਆ ਹੁੰਦਾ ਨਾ ਨਾਣਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਬਾਕੀ ਚਵਾਈ ਦਿਖਾਉਂਦੇ ਹੈਗੇ ਚੋਣ ਤੋਂ ਬਾਅਦ ਸੋਹਣਾ ਜੀ ਲੈ ਬਾਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਹਿੱਲਣਾ ਤਾਂ ਕਰਮ ਵਾਲੀ ਨੇ ਪੂਰਾ ਨੀ ਚੋਣ ਬੜਾ ਚੰਗਾ ਹੈ 6000 ਚ ਮਿਕਸ ਹੈ ਇਹ ਮਤਲਬ ਜਰਸੀ ਦਾ ਤੇ ਦੁੱਧ ਵੀ ਤਾਂ ਬਹੁਤ ਚੰਗਾ ਨਿਕਲਣਾ ਬਾਕੀ ਦੁੱਧ ਵੀ ਦੱਸਦਾ ਬਾਈ ਚਿੱਟਾ ਫੈਂਟ ਵਾਲਾ ਦੁੱਧ ਹੈਗਾ ਪੂਰਾ ਸੰਘਣਾ ਹੀ ਜਿਹੜਾ ਗਾੜਾ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਮੋਟੀ ਮੋਟੀ ਚੱਕਰ ਹੀ ਨਹੀਂ ਧਾਰ ਹੈਗੀ ਤੇ ਨਾੜਾਂ ਦੀ ਹੁਣ ਨੇੜੇ ਦਿਖਾ ਦੇ ਕਿੰਨੀ ਵਿੱਤੀ ਦੇ ਥਾਂ ਫੁੱਲ ਕੱਲਾ ਕੱਲਾ ਥਾਂ ਪੂਰੀ ਵਿੱਤੀ ਦੇ ਥਾਂ ਲੇਵਾ ਮਗਰ ਮੂਰ ਲਾ ਬਾਈ ਜਾਓ ਉਸੇ ਲੇਵਾ ਫੀਟਿੰਗ ਵਾਲਾ ਲੇਵਾ ਹੈਗਾ ਇਹਨੀ ਬਾਕੀ ਪੂਰੀ ਪਲੀ ਸਮਝੀ ਪਲੀ ਹੈ ਜੀ ਬੜ ਤੇ ਮੁੱਲ ਵੀ ਜਾਇ ਜਾ ਵੀ ਮਾਨਤਾ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਪਛਾਣ ਤੋਂ ਨਹੀਂ ਕੁਆਡਰ ਦੀ ਕਵਾ ਨਿਆਣਾ ਲਾਉਣਾ ਨਾ ਲਾਉਣਾ ਜਿਵੇਂ ਵੀ ਖਿਆਲ ਆਉਂਦੀ ਚੋਲਾ ਠੰਡੀ ਹੈ ਬੜ ਪੂਰੀ ਸਹੀ ਗੱਲ ਆ ਮੁੱਲ ਵੀ ਜਾਇ ਜਾ ਵੀ ਮਾਨਤਾ ਹੋਊਗਾ ਅੱਗੇ ਬਈ 3 ਨੰਬਰ ਕਿਹੜੀ ਬਰੀਡ ਆ ਬਈ ਇਹ ਬਈ ਇਹ ਆਪਣੀ ਦੂਜੀ ਆ ਗਈ ਇਹ
ਐਰ ਸ਼ਹਿਰ, ਐਰ ਸ਼ਹਿਰ ਚ ਠੀਕ ਆ ਬਾਈ। ਤੇ ਦੂਜਾ ਸੂਆ ਸੂਈ ਬਾਈ ਇਹ ਕਦੋਂ ਸੂਈ ਬਾਈ? ਇਹਨੂੰ ਮੰਨ ਕੇ 2 ਘੰਟੇ ਹੋਏ ਸੂਏ ਨੂੰ। 2 ਘੰਟੇ ਬੱਚੇ ਕੀ ਦਿੱਤਾ? ਬੱਚੀ ਦਿੱਤੀ ਇਹਨੇ, ਬੱਚੀ ਬਹੁਤ ਚੰਗੀ ਦਿੱਤੀ ਹੈ ਨਾ। ਹਾਂਜੀ ਬੱਚੀ ਬੱਚਾ ਬਈ ਚੰਗੀ, ਬੱਚੀ ਨੂੰ ਜਨਮ ਦਿੱਤਾ, ਬੱਚੀ ਦੀ ਕੁਆਲਿਟੀ ਵੀ ਖੈਰ ਚੰਗੀ ਹੈਗੀ ਤੇ ਜੇਰ ਪੈਣੀ ਆ ਨਾ ਹਜੇ। ਹਾਂਜੀ ਬਸ ਪੈ ਜਾਣੀ 1 ਘੰਟੇ ਚ, ਲੜ ਅੱਧੀ ਕੁ ਤਾਂ ਮੰਨ ਕੇ ਚਲੋ ਆਈ ਗਈ। ਜੇਰ ਜਾਣੀ ਕਿ ਅੱਧੀ ਕੁ ਬਾਹਰ ਆ ਗਈ, ਅੱਧੀ ਰਹਿ ਹਾਂਜੀ ਗਈ, ਉਹ ਪੈ ਜਾਣੀ। ਬਾਕੀ ਠੰਡੀ ਠੰਡੀ ਪੂਰੀ ਆ ਜੀ ਬੈੜੇ ਵੀ। ਤੇ ਬੋਲਾ ਕੱਢਿਆ ਫਿਰ ਇਹਦਾ? ਹਾਂਜੀ ਬੋਲਾ ਬਹਿੰਦੀ ਜੀ ਨਹੀਂ ਸੀਗੀ ਜੇਰ ਦਾ ਕਰਕੇ, ਹੁਣ ਕੱਢਿਆ ਜੀ ਇਹਦਾ 4 ਕੁ ਲੀਟਰ, ਬਾਕੀ ਬੱਚੀ ਪਿਆਈ ਹੈ। ਕੱਦ ਚੰਗਾ, ਬਰੀਡ ਚੰਗੀ, ਐਰ ਸ਼ਹਿਰ ਬਰੀਡ ਆ ਬਈ, ਮਿਲਦੀ ਘੱਟ ਆ, ਵੱਡੀ ਗੱਲ ਬੱਚਾ ਮਗਰ ਬੱਚੀ ਆ, ਬੱਚੀ ਨੇ ਵੀ ਕਰਮ ਵਾਲੀ ਨੇ 1.5 ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ, ਕਰਕੇ ਚੰਗੀ ਆ। ਤੇ ਜੇਰ ਵੀ ਬਸ ਬਾਈ ਪੈ ਜਾਣੀ ਆ, ਲੜ ਤੁਰਿਆ ਵਾ ਹਨਾ, ਤੇ ਤੋਰਾ ਵੀ ਕਰਮ ਵਾਲੀ ਦਾ ਚੰਗਾ। ਕਿੰਨਾ ਕੁ ਦੁੱਧ ਦਾ ਐਸਟੀਮੇਟ ਜਾ ਬਾਈ ਪਿਛਲੇ ਸੂਏ ਦਾ? ਬਾਈ 17-18 ਲੀਟਰ ਦੱਸਿਆ ਪਿਛਲੇ ਸੂਏ ਦਾ ਮਾਲਕਾਂ ਨੇ। ਬਾਕੀ ਦੁੱਧ ਤਾਂ ਵਧੀਆ ਗਈ, ਬਰੀਕੀ ਆ ਜੀ ਬੈਠਣ, ਦੁੱਧ ਕੱਢਣੀ ਆ ਜੀ। ਬਾਕੀ ਬਰੀਡ ਵੀ ਉਹ ਦੂਜੇ ਵਾਂਗੂ ਬਾਈ ਸੇਮ ਆ, ਫੈਟ ਫੁੱਲ ਆਉਣੀ, ਗਰਮੀ ਨਹੀਂ ਕਰਮ ਵਾਲੀ ਨੇ ਮੰਨਣੀ, ਤੇ ਕੱਦ ਵੀ ਫੁੱਲ ਆ ਬਾਈ, ਕੋਈ ਛੋਟਾ ਕੱਦ ਨਹੀਂ, ਕੱਦ ਵੀ ਚੰਗਾ ਕਰਮ ਵਾਲੀ। ਕੀ ਮੁੱਲ ਆ ਜੀ ਜਾਇਜ਼ ਜਿਹਾ ਫਿਰ? ਬਾਈ ਇਹ 55,000 ਦੇ ਦੇਵਾਂਗੇ। ਠੀਕ ਆ, ਮਾਨਤਾਨ ਹੋ ਜੂ? ਹਾਂਜੀ ਮਾਨਤਾਨ ਛੋਟ ਛੱਪੇ ਦਾ ਕਰ ਲਾਂਗੇ। 55,000 ਰੁਪਇਆ ਮੁੱਲ ਆ ਵੀਰੇ ਮਾਨਤਾਨ ਜਿਹੜਾ ਮੁੱਲ। ਵੀ ਬਰੀਕੀਆਂ ਚਾਹੀਦਾ ਯਾਰ, ਉਹ ਗੱਲ ਨਹੀਂ ਕਿਸੇ ਗੱਲੋਂ ਵੀ, ਬਰੀਕੀਆਂ ਇਧਰ ਦਿਖਾਓ, ਥਾਂ ਸੋਣਾ ਪੂਰੀ ਦੂਰੀ ਤੇ ਲੱਗੇ ਵੇ, ਲੇਵੇ ਤੇ ਲੈ ਪੂਰੀ ਦੂਰੀ ਦੂਰੀ ਤੇ ਥਾਂ ਲੱਗਿਆ। ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨੀ, ਕਹਿਣਾ ਗਰਮ ਵਾਲੀ ਨੇ ਕੁਛ ਨੀ, ਸੂਈ ਸਵਾਈ ਬੱਚਾ ਵੀ ਮਗਰ ਬੱਚੀ ਆ, ਬੱਚੀ ਵੀ ਖੈਰ ਚੰਗੀ ਆ ਬਈ, ਸਾਰੀਆਂ ਗੱਲਾਂ ਹੀ ਓਕੇ ਆ, ਫੈਂਡ ਫੂਡ ਫੁੱਲ ਆਉਣੀ ਆ, ਤੇ ਲੇਵਾ ਕਮਾਲ ਦਾ, ਪੂਰੀ ਬਿੱਠੀ ਤੇ ਥਾਣ, ਕੱਲਾ ਕੱਲਾ ਥਾਣ, ਪੂਰੀ ਦੂਰੀ ਦੂਰੀ ਤੇ ਥਾਣ, ਚਵਾਈ ਵੀ ਵਾਈ ਕਹਿੰਦਾ ਫੁੱਲ ਚੰਗੀ ਆ, ਕਰੀ ਬੱਚੀ ਆ ਹੁਣ ਮਾਰਦੇ ਨੇ ਨਾੜਾਂ ਦੇ ਕੋਲ, ਕੱਲੀ ਕੱਲੀ ਨਾੜਾਂ ਐ ਚਮਕਦੀ ਆ ਬਈ, ਦੁੱਧ ਵਾਲੀਆਂ ਨਾੜਾਂ ਨੇ ਸਾਰੀਆਂ। ਲੈ ਮਾਰ ਦੇ ਧਾਰਾਂ, ਲੈ ਚੂਣ ਦੇਖੋ ਬਾਈ, ਮੋਟਾ ਮੋਟਾ ਚੂਣ ਲੱਗਿਆ ਕਰਮ ਵਾਲੀ ਨੂੰ, ਪੂਰੀ ਫੁੱਲ ਚੰਗੀ ਆ, ਚਵਾਈ ਤਾਂ ਬਾਹਲਾ ਚੰਗਾ ਚੂਣ ਲੱਗੀ। ਲੈ ਬਈ ਮਗਰਲੇ ਥਾਣਾ ਦੀ ਚਵਾਈ ਚੈੱਕ ਕਰ ਲਓ, ਕਿਆ ਬਾਤ ਆ, ਗੰਨੇ ਵਾਂਗੂ ਵਰਦੀ ਆ, ਕੱਲੀ ਕੱਲੀ ਧਾਰ ਆ ਗਈ, ਨਾੜਾਂ ਫਿਰ ਤੋਂ ਚੈੱਕ ਕਰ, ਨਾੜਾਂ ਨੂੜਾਂ ਬਾਹਾਂ ਬਰੀਕੀ ਚੈੱਕ ਕਰ, ਨਾੜਾਂ ਦੀ ਵਿੱਤੀ ਚੈੱਕ ਕਰ ਲੈ, ਪੂਰਾ ਗੈਠ ਗੈਠ ਤੇ ਥਾਣ ਲੱਗਿਆ ਕਰਮ ਵਾਲੀ ਦੇ, ਕਿਆ ਬਾਤ ਆ ਬਈ। ਪਿਓਰ ਦੂਜਾ ਸੂਆ ਜੀ, ਮੁੱਲ ਵੀ ਜਾਇਜ਼ ਆ, ਪੂਰੀ ਠੰਡੀ ਆ, ਜਿਹੜਾ ਮੌਕੇ ਤੇ ਜ਼ਰੂਰ ਹੋਣਾਗਾ। ਤੇ ਨਾਗਸੀ ਭਰਾ ਕੋਲੇ ਤਿੰਨੋਂ ਹੀ ਦਿਖਾਤੇ, ਕਿਸੇ ਵੀਰ ਦੇ ਤਿੰਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ, ਧੰਨਵਾਦ।